वर्सेस ए वर्सेस डब्ल्यू डी ते नो बॉल है ना ते नो बॉल हो जाएगी जबरदस्त आ रहे शाबाश उबैद भाई वेल प्लेड वेल प्लेड आ रहा पूरा आ रहा बस सही है ना चलो ते कमेंट्री करनी ते कर लो और रिजवान नहीं कर सकता और ही काम
¡Ahí está!
ਸ਼ਾਬਾ ਵਸੀਮਿਆ ਪੱਕਾ ਵਿਕਟ ਦੀ ਸ਼ਾਬਾ ਛੜਦੇ ਕਰਦੇ ਭਾਵੇਂ ਕਰਨਾ ਫੀਮੇ ਦੀ ਕਸਰ ਨਾ ਨਿਕਲੇ
ਚਾਲੀ ਤੋਂ ਹੋਇਆ 45 ਕਿੰਨੇ ਹੋਇਆ 17 ਕਿਆ ਬਾਤ ਹੈ ਬੱਜੇ ਸ਼ਾਬਾਸ਼ ਸ਼ਾਬਾਸ਼ ਬੱਜੇ ਇੱਧਰ ਕੈਮਰਾ ਲੱਗਿਆ ਯੂਟਿਊਬ ਤੇ ਚੱਲਣਾ ਇੱਧਰ ਆਈਏ ਵਿੱਚ ਗੁਗਲੀ ਮਾਸਟਰ ਯੇ ਬਹੁਤ ਤੇਜ਼ ਬਾਲ ਮਾਰਤੇ ਹੋਏ ਲੇਕਿਨ ਬੈਟਸਮੈਨ ਚੌਕਾ ਔਰ ਵਿਕਟ ਉਸਕੀ ਬਚ ਗਈ ਆਊਟ ਹੋਣੇ ਸੇ ਬਚ ਗਿਆ ਤੇਰੀ
Gracias.
I'm going to go to the hospital.
Thank you.
नहीं। Thank you.
ਕਿੰਨੇ ਓਵਰ ਦੀ ਸੀਨ ਤੇ ਕਿੰਨੇ ਓਵਰ ਨੇ ਦੋ ਵਾਹੂ ਜਾਬਾ ਮਾਰਦ
شابة تايرة دبلة دبلة دبلة
ਪਾਣੀ ਪਲਾਈਓ ਜਰਾ ਕੇ ਸ਼ੁਰੂ ਕਰਾ ਦਾ
Thank you.
नहीं चाहिए।
Get it on the left hand.
Wasim! Thank you.
ਦਾਦੇ ਦਾ ਭਰਾ ਸੀ ਜਿਹੜਾ ਨਾ ਉਹਦੇ ਕੋਲ ਚਾਬੀ ਦੇ ਮੋਬਾਈਲ ਪੂਰੇ ਦਿਨ ਫਾਟੀ ਨਾ ਜਾਣ ਔਰ ਇਸ ਤਰ੍ਹਾਂ ਆਜ ਕੇ ਖੇਲ ਕਾ ਫਸਟ ਇਨਿੰਗ ਕਾ ਇਖਤਤਾਮ ਉਮਰ ਸੀ ਸੀ 253 ਰਨਸ ਬਣਾ ਕਰ 254 ਕਾ ਟਾਰਗੇਟ ਦੀਆ ਹੈ ਡਬਲਿਊ ਡੀ ਕੋ ਅਬ ਇਧਰ ਚਲਤੇ ਹੈ ਡਰੈਸਿੰਗ ਰੂਮ ਮੇ ਯਹਾਂ ਬਹੁਤ ਮਾਇਆ ਨਾਜ ਬੈਟਸਮੈਨ ਜੋ UAE ਕੀ ਫੁੱਲ 7 ਰਿਆਸਤੋਂ ਮੇ ਖੇਲਤੇ ਹੈ ਰਿਜ਼ਵਾਨ ਵੈਲ ਰਿਜ਼ਵਾਨ ਭਾਈ ਆਪ ਕੈਸਾ ਫੀਲ ਕਰ ਰਹੇ ਹੈ 122 ਟਾਈਟ ਫੀਲ ਕਰ ਆਪ ਕੈਸਾ ਫੀਲ ਕਰ ਰਹੇ ਹੈ ਅੱਜ ਕੇ ਮੈਚ ਮੇ 122 64 ਆਪਨੇ 122 ਰਨਸ ਬਣਾਇਆ 62 ਬਾਲ ਪੇ ਔਰ 60 ਬਾਲ ਔਰ ਬਹੁਤ ਹੀ ਪ੍ਰੈਸ਼ਰ ਕੋ ਹੈਂਡਲ ਕੀਆ ਬਿਲਡ ਕੀਆ ਟੀਮ ਕੇ ਸਾਥ ਚਲੇ ਹੈ ਹੈਂਡਲ ਕੀਆ ਸਟਾਰਟਿੰਗ ਮੇ ਉਸ ਬਾਲਰ ਨੇ ਆਪ ਕੋ ਇਤਨੇ ਬਾਉਂਸ ਮਾਰੇ ਆਪ ਕੀ ਫਿੰਗਰ ਇੰਜਰਡ ਕਰ ਦੀ ਹੈ ਔਰ ਉਸਕੇ ਸਾਥ ਚਲਤੇ ਹੈ ਉਬੈਦ ਭਾਈ ਕੀ ਤਰਫ ਮੈਂ ਚੱਲਾਂ ਸਾਕਿਬ ਭਾਈ ਆਪ ਗਾੜੀ ਮੇ ਸਮਾਨ ਰੱਖੇ ਪੂਰਾ ਇਹ ਵਾਹਿਦ ਭਾਈ ਹੈ ਹਮਾਰੇ ਫਾਸਟ ਬਾਲਰ ਹੈ ਦਾਨਿਸ਼ ਇਹ ਦਾਨਿਸ਼ ਕੀਪਰਿੰਗ ਕਰੇਂਗੇ ਬਹੁਤ ਆਲਾ ਮਾਇਆ ਨਾਜ਼ ਦਿਲ ਬਹਾਰ ਕਿਸਮ ਕੇ ਇਹ ਜੋ ਹੈ ਹਮਾਰੇ ਕੀਪਰ ਹੈ ਇਨਕੇ ਹਾਥ ਮੇ ਜੋ ਬਾਲ ਆ ਜਾਤੀ ਹੈ ਪਕੜ ਲੈਤੇ ਹੈ ਕਿਉਂਕਿ ਇਨਕੇ ਹਾਥ ਬਹੁਤ ਬੜੇ ਬੜੇ ਹੈ ਔਰ ਇਹ ਤਾਹਿਰ ਭਾਈ ਇਧਰ ਮੀ ਐਂਡ ਮਾਈ ਸੈਲਫ ਤਾਹਿਰ ਭਾਈ ਨਸ਼ੇ ਮੇ ਤਾਹਿਰ ਭਾਈ ਨੇ ਰਾਤ ਕੋ ਟੈਬਲੇਟ ਲੀਏ ਥੇ ਤੋ ਵੋ ਉਸਕਾ ਨਸ਼ਾ ਚੜ ਗਿਆ ਹੈ ਉਸਕੋ ਇਸਲੀਏ ਵੋ ਨਹੀਂ ਕਹਿ ਸਕਤਾ ਸਪਿਨਰ ਕੋ ਫੁੱਲ ਪਾਸ ਪੇ ਵੋ ਸਟਾਪ ਕਰ ਰਹਾ ਹੈ ਔਰ ਕਿਆ ਰਾਏ ਆਪਕੀ ਇਸ ਮੈਚ ਕੇ ਬਾਰੇ ਮੇ ਇਧਰ ਪਰਾਠੇ ਖਾਈ ਜਾ ਰਹੇ ਹੈ ਇਹ ਟੀਮ ਪਰਾਠਾ ਖਾ ਕੇ ਬਹੁਤ ਮਾਰੇਗੀ ਖਾਇਆ ਤੋ ਪਰਾਠੇ ਵੀ ਨਾ ਖਾਏ ਔਰ ਇਧਰ ਇਹ ਯੂਸਫ ਭਾਈ ਹੈ ਇਹ ਮਾਸ਼ਾਅੱਲਾ ਇਹ ਹਮਾਰੇ 12 ਮੈਨਥ ਹੈ ਇਹ ਵੀ ਹਮਾਰਾ ਉਬੈਦ ਭਾਈ ਕੀ ਜਗ੍ਹਾ ਥੋੜੀ ਫੀਲਡਿੰਗ ਕਰੇਂਗੇ ਉਬੈਦ ਭਾਈ ਕਿਆ ਕਹਿਣਾ ਚਾਹੇਂਗੇ ਅੱਜ ਕੇ ਮੈਚ ਕੇ ਬਾਰੇ ਮੇ ਜੋ ਫਸਟ 6 ਓਵਰ ਆਪਨੇ ਪ੍ਰੈਸ਼ਰ ਆਪਨੇ ਬਿਲਡ ਕੀਆ ਕਿਸ ਤਰ੍ਹਾਂ ਇਹ ਅੱਜ ਆਪਨੇ ਜਾਨ ਕੀ ਬਾਜ਼ੀ ਲਗਾਈ ਹੈ ਔਰ ਖੁਰਮ ਕੀ ਗਾੜੀ ਕੋ ਆਪਨੇ ਬਾਲ ਵੀ ਮਾਰਾ ਹੈ ਇਹ ਦੇਖੋ ਉਸਕੇ ਗਾੜੀ ਕਾ ਸ਼ੀਸ਼ਾ ਔਰ ਇਸੀ ਤਰ੍ਹਾਂ ਨਜ਼ਰ ਭਾਈ ਇਹ ਹਮਾਰਾ ਅੰਪਾਇਰ ਹੈ ਨੈਕਸਟ ਟੂਰਨਾਮੈਂਟ ਸੇ ਇਸਕੀ ਅੰਪਾਇਰਿੰਗ ਹਮਨੇ ਇਧਰ ਸ਼ੁਰੂ ਕਰ ਦੀ ਔਰ ਇਹ ਦੂਸਰੀ ਸਾਈਡ ਪੇ ਵੀ ਮੈਚ ਚੱਲ ਰਹਾ ਹੈ ਦੂਸਰੀ ਸਾਈਡ ਪੇ ਚਲਤੇ ਹੈ ਅਭੀ ਇਹ ਤਾਬੀਰ ਸੀਸੀ ਵਰਸੀ ਨੇ 216 ਟਾਰਗੇਟ ਦੀ ਅਭੀ ਦੂਸਰੀ ਟੀਮ ਯਾਰਕਰ ਸੀਸੀ ਨੇ 216 ਕਾ ਟਾਰਗੇਟ ਦੀਆ ਇਸਕਾ 8 ਓਵਰ ਮੇ 52 ਹੈ ਤਾਬੀਰ ਸੀਸੀ ਕਾ ਉਧਰ ਵੀ ਕਾਂਟੇਦਾਰ ਮੁਕਾਬਲਾ ਚੱਲ ਰਿਹਾ ਹੈ ਆਸ਼ਕ ਕੜਾ ਤਾਂ ਬਸ 3 ਦਿਨ ਕੇ ਨੀਅਤ ਸੇ ਕੜਾ ਤਾਂ ਆਸ਼ਕ ਉਮਰ ਆਸ਼ਕ ਪੂਰਾ ਨਿਕਲਾ ਤਾਂ ਪੂਰਾ 3 ਦਿਨ ਕੇ ਨੀਅਤ ਸੇ ਕੜਾ ਤਾਂ ਲੇਕਿਨ ਆਊਟ ਹੋ ਗਿਆ ਵਿਚਾਰਾ 3 ਦਿਨ ਕੀ ਨੀਅਤ ਸੇ ਕੜਾ ਤਾਂ ਆਊਟ ਹੋ ਗਿਆ ਔਰ ਇਹ ਅਲੀ ਮੁਤਵਾ ਕਾ ਕੈਚ ਹੋ ਰਿਹਾ ਹੈ ਔਰ ਇਹ ਸੈਲਫਿਸ਼ ਮੁਤਵਾ ਕੈਚ ਡ੍ਰੌਪ ਅਲੀ ਮੁਤਵਾ ਨਹੀਂ ਸੈਲਫਿਸ਼ ਮੁਤਵਾ ਸੈਲਫਿਸ਼ ਮੁਤਵਾ ਅਪਨੀ ਬਾਲਿੰਗ ਕੀ ਤਰਫ ਅਭੀ ਹਮ ਲੋਕ ਜਾਏਂਗੇ ਆਪਣੀ ਫੀਲਡਿੰਗ ਕੀ ਤਰਫ ਓਕੇ ਅੱਲਾ ਨੇ ਗਹਿਬਾਨ ਅਬ ਮਿਲੇਂਗੇ ਨੈਕਸਟ ਟਾਈਮ ਨੈਕਸਟ ਵੀਕ ਅੱਲਾ ਹਾਫਿਜ਼ ਉਮਰ ਸੀਸੀ ਬੈਟਿੰਗ ਐਂਡ